ਪੰਜਾਬ 'ਚ ਦਿਨ ਦਿਨ ਅਪਰਾਧਿਕ ਮਾਮਲੇ ਵੱਧਦੇ ਹੀ ਜਾ ਰਹੇ ਨੇ। ਤਾਜ਼ਾ ਮਾਮਲਾ ਨਾਭੇ ਤੋਂ ਸਾਹਮਣੇ ਆਇਆ ਹੈ। ਸ਼ਹਿਰ ਨਾਭਾ ਦੇ ਵਿੱਚ ਪਟਿਆਲਾ ਗੇਟ ਨਜ਼ਦੀਕ ਆਈਲੈਟਸ ਦੀ ਪੜ੍ਹਾਈ ਕਰਦੇ 17 ਸਾਲਾ ਨੌਜਵਾਨ ਸਰਵਿੰਦਰ ਸਿੰਘ ਅਤੇ ਕੁਝ ਨੌਜਵਾਨਾਂ ਦੇ ਵੱਲੋਂ ਗੋਲੀ ਚਲਾਈ ਗਈ। ਨੌਜਵਾਨ ਦੀ ਪੈਂਟ ਦੀ ਜੇਬ ਵਿੱਚ ਮੋਬਾਈਲ 'ਚੋਂ ਆਰ ਪਾਰ ਹੋ ਕੇ ਗੋਲੀ ਨੌਜਵਾਨ ਦੇ ਪੱਟ ਵਿੱਚ ਲੱਗੀ, ਜਿਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਡਾਕਟਰਾਂ ਦੇ ਵੱਲੋਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੀੜਤ ਨੌਜਵਾਨ ਅਤੇ ਸਾਥੀ ਨੇ ਦੱਸਿਆ ਕਿ ਦੋਨੋਂ ਜਣੇ ਆਈਲੈਟਸ ਦੀ ਕਲਾਸ ਲਾ ਕੇ ਬਾਹਰ ਆ ਰਹੇ ਸੀ। ਸਾਹਮਣੇ ਖੜੇ ਨੌਜਵਾਨਾਂ ਨੇ ਸਾਡੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮੌਕੇ 'ਤੇ ਨੌਜਵਾਨ ਦੇ ਪੱਟ ਦੇ ਵਿੱਚ ਗੋਲੀ ਲੱਗੀ। ਕਿਹਾ ਕਿ ਗੋਲੀ ਚਲਾਉਣ ਵਾਲੇ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰਦੇ ਸਨ। ਨਾਭਾ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਪੀੜਤ ਵੱਲੋਂ ਬਿਆਨ ਦਰਜ ਕਰਵਾਏ ਜਾਣਗੇ ਉਹਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਜਿੰਨੀ ਅਸੀਂ ਕਲਾਸ ਲਾ ਕੇ ਆਏ ਸੀਗੇ ਆਈਲੈਟਸ ਦੀ, ਹੀਰਾ ਮਹਿਲ 'ਚੋਂ ਨਿਕਲੇ ਸੀਗੇ ਅਤੇ ਉੱਥੇ ਖੜ੍ਹੇ ਜਾ ਕੇ ਅਤੇ 4-5 ਜਣੇ ਆਏ, 4-5 ਵੀ ਨਹੀਂ, ਵੱਧ ਸੀ ਗਿਣਤੀ, ਅਤੇ ਗੱਡੀ ਦੇ ਵਿੱਚ ਸੀਗੇ। ਉਹਨਾਂ ਨੇ ਆਏ, ਉੱਤਰ ਅਨੁਸਾਰ ਸਾਡੇ 'ਤੇ ਗੋਲੀਆਂ ਚਲਾਤੀਆਂ, 6-7 ਫਾਇਰ ਕੀਤੇ ਸੀ। 3-4 ਪਹਿਲਾਂ ਨੀਚੇ ਚਲਾਏ, ਫਿਰ ਜਦੋਂ ਪੱਟ 'ਚ ਲੱਗੀ ਗੋਲੀ ਮੇਰੇ ਫੋਨ ਦੇ ਵਿੱਚ ਦੀ ਪਾਰ ਹੋ ਕੇ ਮੇਰੇ ਗੋਲੀ ਪੱਟ 'ਚ ਲੱਗ ਗਈ, ਅਤੇ ਫਿਰ ਉਹ ਫਟਾਫਟ ਨਿਕਲ ਗਏ ਜੀ ਉੱਥੋਂ, ਭੱਜ ਗਏ ਉੱਥੋਂ। ਫਿਰ ਤੁਸੀਂ ਕਿੰਨੇ ਜਾਣੇ ਸੀ? ਅਸੀਂ 2-3 ਜਾਣੇ ਸੀ, ਅਸੀਂ ਕਲਾਸ ਲਾ ਕੇ ਆਏ ਸੀਗੇ ਜੀ। ਮੇਰੇ ਫਰੈਂਡ ਸੀਗੇ ਨਾਲ, 2-3 ਸਾਡੇ ਪਿੰਡ ਦੇ ਮੁੰਡੇ ਸੀ। ਨਹੀਂ, ਪਹਿਲਾਂ ਕੋਈ ਰੰਜਿਸ਼ ਨਹੀਂ ਸੀ, ਇੱਕਦਮ ਹੋਇਆ ਜੋ ਹੋਇਆ। ਮੈਨੂੰ ਕੁਛ ਵੀ ਨਹੀਂ ਸੀ ਪਤਾ ਵੀ ਇੱਦਾਂ ਦੀ ਕੋਈ ਗੱਲ ਹੋਊਗੀ ਜਾਂ ਨਹੀਂ ਹੋਊਗੀ। ਅਸੀਂ ਸਿੰਪਲ ਆਪਣਾ ਆ ਰਹੇ ਸੀਗੇ, ਅਸੀਂ ਖਾਣ ਜਾਂਦੇ ਸੀ ਆਪਣਾ ਕਲਾਸ ਲਾ ਕੇ ਜੀ। ਬਸ ਫਿਰ ਮੇਰਾ ਨਾਮ ਸਰਵਿੰਦਰ ਸਿੰਘ ਹੈ ਜੀ, ਮੈਂ ਇਸ ਪਿੰਡ ਦਾ। ਜਾਣਦਾ ਤਾਂ ਨਹੀਂ ਮੈਂ, ਮਤਲਬ ਮੈਨੂੰ ਨਾਮ ਪਤਾ ਉਹਦਾ, ਪੋਲੋ ਪੋਲੋ ਕਹਿੰਦੇ, ਇੱਕ ਕਮਲ ਸੀਗਾ, ਇੱਕ ਉਹਦਾ ਭਰਾ ਰਵੀ ਸੀ, ਇੱਦਾਂ ਦੇ ਕੁਛ ਨਾਮ ਸੀ। ਬਾਕੀ ਉਹ ਕਰਤਾਰ ਕਲੋਨੀ 'ਤੇ ਨਹੀਂ, ਮੇਰੇ ਖਿਆਲ 'ਚ ਨਾਭੇ ਸਾਈਡ 'ਤੇ ਹੈ ਉੱਧਰ। ਮੇਰੀ ਇੱਥੇ ਰੋਇਲ ਮੀਲ ਸੀ, ਉੱਥੇ ਕਟਾਂਗਲ ਦੇ ਢਾਬੇ ਸਾਹਮਣੇ ਕਾਲਜ ਗਰਾਊਂਡ ਕੋਲ ਜੀ। ਮੈਂ ਪਿੰਡ ਤੋਂ ਭੁਪਿੰਦਰ ਸਿੰਘ ਜੀ, ਅਤੇ ਉਹ ਮੇਰਾ ਬੇਟਾ ਜੀ, ਉਹ ਆਈਲੈਟਸ ਕਰਦਾ ਜੀ ਨਾਭੇ ਜੀ। ਉਹ ਥੱਲੇ ਆਏ ਹਾਂ ਜੀ ਖਾਣ ਪੀਣ ਵਾਸਤੇ, ਕੁਲਚਾ ਕਲਚਾ ਕੋਈ, ਅਤੇ ਉਹ ਆਈ ਗੱਡੀ, ਉਹਨਾਂ ਨੇ ਗੋਲੀ ਮਾਰੀ ਜੀ। ਮੈਂ ਨਹੀਂ ਜਾਣਦਾ ਜੀ ਕੌਣ ਨੇ ਜੀ। ਨਹੀਂ ਜੀ, ਨਹੀਂ ਕੋਈ ਨਹੀਂ ਹੈਗੀ ਸਾਡੀ ਦੇ। ਹੁਣ ਬੇਟੇ ਦੀ ਕੰਡੀਸ਼ਨ ਕਿਸ ਤਰ੍ਹਾਂ? ਹੁਣ ਠੀਕ ਨੇ ਜੀ, ਹੁਣ ਪਏ ਨੇ ਜਾ ਰਹੇ ਪਟਿਆਲੇ। ਪਟਿਆਲੇ ਸੁਣਨ ਚ ਆ ਰਿਹਾ ਵੀ ਮੋਬਾਈਲ ਦੇ ਵਿੱਚੋਂ ਗੋਲੀ? ਹਾਂ ਜੀ, ਮੋਬਾਈਲ ਦੇ ਵਿੱਚੋਂ ਹੀ ਲੰਘ ਗਈ ਗੋਲੀ ਜੀ। ਅਸੀਂ ਆਈਲੈਟਸ ਦੀ ਕਲਾਸ ਲਾਉਂਦੇ ਹਾਂ ਜੀ ਹੀਰਾ ਮਹਿਲ 'ਚ। ਅਸੀਂ ਆਈਲੈਟਸ ਦਾ ਹਾਫ ਟਾਈਮ ਹੋਇਆ ਸੀਗਾ, ਅਸੀਂ ਕਲਾਸ ਤੋਂ ਬਾਹਰ ਆਏ, ਅਸੀਂ ਕਿਹਾ ਵੀ ਖਾ ਪੀ ਕੇ ਆਉਂਦੇ ਹਾਂ ਕੁਝ। ਰੋਇਲ ਮਿਲ ਅੱਗੇ, ਰੋਇਲ ਮਿਲ ਹੈ ਪਟਿਆਲਾ ਗੇਟ ਰੋਡ 'ਤੇ, ਅਸੀਂ ਉੱਥੇ ਕਿਹਾ ਵੀ ਕੁਝ ਖਾ ਕੇ ਆਉਂਦੇ ਹਾਂ, ਅਤੇ ਗੱਡੀ 'ਚ ਆਏ 7-8 ਜਾਣੇ ਸੀ ਉਹ, ਉਹਨਾਂ ਨੇ ਆਉਂਦਿਆਂ ਸਾਰੀ ਫਾਇਰ ਮਾਰੇ। ਕੋਈ ਮਾਮਲਾ ਨਹੀਂ ਸੀ, ਕੋਈ ਰੌਲਾ ਨਹੀਂ ਸੀ। ਹੁਣ ਉਹ ਵੀ ਜਾਣਦੇ ਨੇ ਜੀ ਕੀ ਚੱਕਰ ਹੈ ਉਹਨਾਂ ਦਾ। ਹਾਂਜੀ ਆਈਲੈਟਸ ਕਰਦੇ। ਹਾਂਜੀ ਇਹ ਵੀ ਆਈਲੈਟਸ ਕਰਦੇ। ਨਾ ਜੀ, ਨਾ ਜੀ, ਨਾ ਜੀ, ਕੋਈ ਪੁਰਾਣੀ ਰੰਜਿਸ਼ ਨਹੀਂ। ਉਹਦੇ ਇੰਸਟਾਗ੍ਰਾਮ ਪੇਜ ਤੁਸੀਂ ਸਭ ਕੁਝ ਚੈੱਕ ਕਰ ਸਕਦੇ ਹੋ। ਉਹ ਬੰਦੇ ਨੇ ਅਸਲੇ ਦੀਆਂ ਫੋਟੋਆਂ ਪਾਈਆਂ ਨੇ, ਠੀਕ। ਉਹ 5-6 ਜਣੇ ਆਏ ਨੇ ਬਾਹਰ ਰੋਇਲ ਮੀਲ ਦੇ ਸਾਹਮਣੇ ਕਟਾਣੀ ਢਾਬੇ ਦੇ ਅੱਗੇ। ਉਹ 2-4 ਜਣੇ ਆਏ ਨੇ, ਆਉਂਦਿਆਂ ਨਹੀਂ ਫਾਇਰ ਮਾਰਿਆ, 2 ਹਵਾ ਥੱਲੇ ਕੀਤੇ ਨੇ, 1 ਪੱਟ 'ਚ ਮਾਰਿਆ, 4 ਰਾਊਂਡ ਫਾਇਰ ਕੀਤੇ ਨੇ ਉਹਨਾਂ ਨੇ। ਬਿਲਕੁਲ ਪਹਿਲਾਂ ਉਹ ਕੋਈ ਪੁਲਿਸ ਦੀ ਨੌਲੇਜ ਦੇ ਵਿੱਚ ਹੈਗਾ ਜਿਹੜਾ ਵੀਡੀਓ ਵਾਇਰਲ ਕਰਦਾ ਉਹ ਅਸਲੇ? ਉਸਦੀ ਨੌਲੇਜ 'ਚ ਵੀ ਮੈਂ ਕਰਾ ਕੇ ਆਇਆ ਸੀ, 2 ਪਰਚੇ ਪਹਿਲਾਂ ਨੇ ਉਹਦੇ 'ਤੇ, 379B ਲੱਗੀ ਹੈ, ਲੁੱਟ ਖੋਹ ਦੀ ਧਾਰਾ ਲੱਗੀ ਹੈ। ਪੁਲਿਸ ਦੀ ਨੌਲੇਜ 'ਚ ਹੈ ਜੀ, ਉਹ ਅਸਲੇ ਉਸਲੇ ਦੀ ਵੀਡੀਓ ਜਿਹੜੀਆਂ ਪਾਉਂਦਾ ਜੀ ਉਹ। ਬਿਲਕੁਲ, ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਨਸਾਫ਼ ਦੀ ਕਰਦੇ ਹਾਂ, ਸਾਡੇ ਨਾਲ ਇਨਸਾਫ਼ ਹੋਣਾ ਚਾਹੀਦਾ ਜੀ। ਪੁਲਿਸ ਸਾਡਾ ਸਾਥ ਦੇ ਰਹੀ ਹੈ ਜੀ, ਸਾਰੇ ਖਬਰਾਂ ਲਿਖਣ ਆਏ ਨੇ ਜੀ ਰਿਪੋਰਟ, ਅੱਗੇ ਜੋ ਵੀ ਕਾਰਵਾਈ ਹੋਏਗੀ ਬਣਦੀ ਕਾਰਵਾਈ। ਰੈਫਰ ਕੀਤਾ ਜਾ ਰਿਹਾ ਰਜਿੰਦਰ, ਅਜੇ ਗੋਲੀ ਨਹੀਂ ਨਿਕਲੀ ਜੀ, ਗੋਲੀ ਪੱਟ 'ਚ ਹੀ ਹੈ ਜੀ। ਕਾਰਵਾਈ ਹੈ ਉਹ ਕੀਤੀ ਗਈ ਹੈ ਅਤੇ ਪੁਲਿਸ ਇਨਫੋਰਮੇਸ਼ਨ ਭੇਜੀ ਗਈ ਹੈ। ਕਿੰਨੀ ਗੋਲੀ, ਕਿੰਨੀ ਗੋਲੀ? ਇਹ 2 ਵਜੇ ਤੋਂ ਪਹਿਲੇ ਕੇਸ ਆਇਆ ਸੀ ਤਾਂ ਆਪਣੇ ਕੋਲ, ਅਤੇ ਹੁਣ ਰੈਫਰ ਲਈ ਭੇਜਿਆ ਗਿਆ। ਰੈਫਰ ਕਰਤਾ ਹੈ? ਹਾਂਜੀ। ਕਿਹੜੀ ਸਾਲ ਗੋਲੀ ਲੱਗੀ? ਇਹਦੇ ਪੱਟ 'ਤੇ ਗੋਲੀ ਲੱਗੀ ਹੈ, ਖੱਬੇ ਪਾਸੇ। ਹਾਂਜੀ, ਹਾਂ, ਰੈਫਰ ਕੀਤਾ ਜਾ ਰਿਹਾ ਫਰਦਰ ਇਨਵੈਸਟੀਗੇਸ਼ਨ ਲਈ। ਪੱਟ ਦੇ ਵਿੱਚ ਗੋਲੀ ਲੱਗੀ ਆ, ਤੁਸੀਂ ਮੌਕੇ 'ਤੇ ਪਹੁੰਚੋ, ਕੀ ਛਾਣਬੀਨ ਕੀਤੀ? ਥਾਣਾ ਕਤਵਾਲੀ ਦਾ ਏਰੀਆ ਪੈ ਜਾਂਦਾ ਜੀ। ਸਰਵਿੰਦਰ ਸਿੰਘ ਹੈ ਜਿਹੜਾ, ਮੈਂ ਇਸ ਪਿੰਡ ਦਾ ਰਹਿਣ ਵਾਲਾ ਲੜਕਾ, ਉੱਥੇ ਆਈਲੈਟਸ ਕਰਨ ਆਇਆ ਸੀ। ਇਹਨੂੰ ਉੱਥੇ ਇੱਕ ਗੱਡੀ ਦੇ ਵਿੱਚ ਬੰਦੇ ਆਏ, ਉਹਨਾਂ ਨੇ ਫਾਇਰ ਦੇ ਪੱਟ 'ਚ ਗੋਲੀ ਮਾਰੀ, ਜਿਹਦੇ ਕਰਕੇ ਜੇਰੇ ਇਲਾਜ ਹੈ। ਬਾਕੀ ਇਨਵੈਸਟੀਗੇਸ਼ਨ ਦੇ ਜੋ ਵਿੱਚ ਆਊਗਾ। ਨੌਜਵਾਨ ਉਹ ਤਾਂ ਹੁਣ ਪਤਾ ਲੱਗੂਗਾ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੇ ਬੰਦੇ ਸੀ। ਉਹਦੇ ਕਹਿਣ ਵਾਲੇ ਵੀ 5-6 ਜਣੇ ਸੀ। ਕਿੰਨੇ ਰਾਊਂਡ ਫਾਇਰ ਹੋਏ ਨੇ? ਇਹਦੇ ਬਾਰੇ ਤਫਤੀਸ਼ ਦੇ ਵਿੱਚ ਪਤਾ ਲੱਗੂਗਾ ਕਿੰਨੇ ਫਾਇਰ ਹੋਏ ਨੇ। ਉਹਦੇ ਪੱਟ ਦੇ ਵਿੱਚ ਗੋਲੀ ਲੱਗੀ, ਉਹ ਜਿਹੜਾ ਰੈਫਰ ਕਰ ਦਿੱਤਾ ਪਟਿਆਲੇ ਨੂੰ। ਮੁੱਢਲੀ ਜਾਣਕਾਰੀ ਤੋਂ ਕੀ ਪਤਾ ਲੱਗਿਆ ਜੀ, ਕੋਈ ਪੁਰਾਣੀ ਰੰਜਿਸ਼? ਅਜੇ ਕਰਨੀ ਆ, ਮੁੰਡਾ ਰੈਫਰ ਕਰ ਦਿੱਤਾ ਨਾ ਹਸਪਤਾਲ ਪਟਿਆਲੇ ਨੂੰ, ਠੀਕ ਹੈ ਗੱਲ। ਹੁਣ ਤਫਤੀਸ਼ ਦੇ ਦੌਰਾਨ ਜੋ ਸਾਹਮਣੇ ਆਊ ਤੁਹਾਨੂੰ ਦੱਸੇ। ਹੁਣ ਕੀ ਕਾਰਵਾਈ ਕੀਤੀ ਜਾਵੇ? ਹੁਣ ਪੜਤਾਲ ਕੀ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਆਊਗਾ ਸਾਹਮਣੇ ਕਾਰਵਾਈ ਕੀਤੀ। ਮੁੰਡਾ ਕੰਮ ਕੀ ਕਰਦਾ ਸੀ? ਸਟੱਡੀ ਕਰਦਾ ਜੀ ਆਈਲੈਟਸ ਦੀ।
ਆਵਾਜ਼ ਕੌਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ।